साडे चैनल ते होर नवीआं ते ताज़ा न्यूज़ देखण लई साडे सच ते पैरा टीवी चैनल नूं सबसक्राइब करो अते इस दे नाल ही दित्ते गए बैल आइकन नूं दबाओ। धन्नवाद। सिटी चौंक इंचार्ज जजविंदर सिंह ने बतौर अहुदा संभालण तों बाद शहर अंदर अमन शांति अते आपसी भाईचारे बनाए रखने लई शहर वासियां तों सहयोग दी मांग करदे आं। क्या है कि पुलिस दे वल्लों लोकां दी सुरक्षा दे लई 2 PCR दिन अते रात समय सेवा विच तैनात कीते गए हन। समाज विरोधी अंसरां नूं अते नशे तस्करां नूं किसी कीमत ते बख्शा नहीं जाएगा। इस दौरान आने वाली चोणां तहत चोण कमीशन दी हदायतां तहत अपना असला जमा करवाउण दी अपील भी कीती। अगर कोई व्यक्ति अपना असला जमा नहीं करवांदा तां उसके खिलाफ बनदी कार्रवाई भी कीती जाएगी। मैं चौंकी इंचार्ज ASI जजविंदर सिंह सिटी पतना। ਤੇ ਤੁਸੀਂ ਅਹੁਦਾ ਸੰਭਾਲਿਆ, ਕੀ ਤੁਹਾਡੀ ਅਪੀਲ ਹੈਗੀ ਲੋਕਾਂ ਨੂੰ ਸ਼ਹਿਰ ਵਾਸੀਆਂ ਦੇ ਤੌਰ ਤੇ ਸੁਰੱਖਿਆ ਨੂੰ ਲੈ ਕੇ ਤੇ ਅਮਨ ਸ਼ਾਂਤੀ ਬਣਾਏ ਰੱਖਣ ਦੇ ਲਈ? ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਸਹਿਯੋਗ ਕਰਨ, ਮਾੜੇ ਅੰਸਰਾਂ ਨੂੰ ਸਾਨੂੰ ਤਲਾਹ ਦੇਣ, ਜੋ ਵੀ ਬਣਦੀ ਕਾਰਵਾਈ ਉਹਨਾਂ ਖਿਲਾਫ਼ ਕੀਤੀ ਜਾਊਗੀ। ਅਤੇ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਅਸਲਾ ਜਮ੍ਹਾਂ ਕਰਾਉਣ ਨੂੰ ਹਦਾਇਤ ਹੋਈ ਹੈ। ਸਾਰੇ ਅਸਲਾ ਧਾਰਕਾਂ ਨੂੰ ਬੇਨਤੀ ਕਰਦੇ ਹਾਂ ਕਿ ਆਪੋ ਆਪਣਾ ਅਸਲਾ ਸਾਡੇ ਥਾਣੇ ਵਿੱਚ ਜਮ੍ਹਾਂ ਕਰਾਉਣ। ਕਿੰਨੇ ਤੇੜੇ ਹੋ ਚੁੱਕੇ ਹੁਣ ਤੱਕ ਕੋਈ ਅਸਲੇ ਧਾਰਕ ਹੋ ਤੁਸੀਂ ਜਮ੍ਹਾਂ? ਕਰੀਬ 200 ਅਸਲਾ ਨੇ ਜਮ੍ਹਾਂ ਹੋ ਚੁੱਕਿਆ ਜੀ, ਅਤੇ 500 ਸਾਲਾਂ ਜੀ ਹੋਰ ਬਾਕੀ ਹੈ। ਕਿੰਨੀ ਡੇਟ ਕੋਈ ਨਿਸ਼ਚਿਤ ਹੈਗੀ ਹੈ ਵੀ ਕਿੰਨੀ ਤੱਕ ਕਰਾਉਣਾ ਜਾਂ ਕੋਈ ਲਿਮਿਟ ਦੀ ਡੇਟ ਦੀ ਜੀ? ਡੇਟ ਕੋਈ ਫਿਕਸ ਨਹੀਂ ਹੈ, ਜਦੋਂ ਵੀ ਚੋਣ ਜਲਦਾ ਲਾਗੂ ਹੋਣ ਜਾ ਰਿਹਾ, ਇਸ ਕਰਕੇ ਜਦੋਂ ਜਲਦੀ ਤੋਂ ਜਲਦੀ ਆਪਣਾ ਸਲਾਹ ਜਮ੍ਹਾਂ ਕਰਾਉਣਾ। ਅਗਰ ਕੋਈ ਨਹੀਂ ਕਰਾਉਂਦਾ ਤਾਂ ਫਿਰ ਜੀ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਇਹ ਸ਼ਹਿਰ 'ਚ ਕਿਸ ਤਰ੍ਹਾਂ ਦੀ ਸਮੱਸਿਆ, ਜਿਵੇਂ ਟ੍ਰੈਫਿਕ ਦੀ ਹੈ ਜਾਂ ਹੋਰ ਦੀ ਹੈ, ਜਿਵੇਂ ਗਸ਼ਤ ਹੈ ਜਾਂ ਹੋਰ ਇਸ ਤਰ੍ਹਾਂ ਦੇ ਪ੍ਰਬੰਧ ਤੁਹਾਡੇ ਕੀ ਕੀਤੇ ਜਾ ਰਹੇ ਨੇ ਜੀ? ਹਰ ਸਮੇਂ ਕੋਸ਼ਿਸ਼ ਕੀਤੀ ਜਾ ਰਹੀ ਹੈ, ਟ੍ਰੈਫਿਕ ਸਮੱਸਿਆ ਵੀ ਹੱਲ ਕੀਤੀ ਜਾਵੇਗੀ, ਸਾਰੀ ਕਾਨੂੰਨ ਸਿੱਧੀ ਲਾਗੂ ਕੀਤੀ ਜਾਊ। PCR ਜਿਹੜੀ ਕਿੰਨੀ ਜਲਦੀ ਆਪਣੇ ਜਿਸ ਟਾਈਮ? 2 PCR ਸਾਡੇ ਦਿਨ ਚੱਲ ਰਹੇ ਨੇ, 2 PCR ਰਾਤ। ਪਬਲਿਕ ਦਾ ਸਹਿਯੋਗ ਤਾਂ ਬਹੁਤ ਜ਼ਰੂਰੀ ਹੈ, ਪਬਲਿਕ ਦੇ ਸਹਿਯੋਗ ਨਾਲ ਹੀ ਮਾੜੇ ਅੰਸਰਾਂ ਨੂੰ ਨੱਥ ਪਾਈ ਜਾ ਸਕਦੀ। ਪਾਤੜਾ ਤੋਂ ਸਤਪਾਲ ਗਰਗ ਦੀ ਰਿਪੋਰਟ।